ਵੀਰੇ ਕਹਿੰਦਾ ਹੋਵੇ ਹਾਂ ਮੈਂ ਵਿਧਾਨ ਸਭਾ ਦੇ ਵਿੱਚ ਬਹਿਣਾ ਧਰਨੇ ਤੇ ਹਾਂ ਮੈਂ ਦਿੱਲੀ ਜਾ ਕੇ ਸੰਸਦ ਦੇ ਵਿੱਚ ਬੋਲਦਾ ਇਹਨਾਂ ਦੇ ਬਾਰੇ ਇੱਕ ਵੀ 550 MP ਹੈ ਕਿੰਨੇ MLA ਹੈ ਕੋਈ ਬੰਦੇ ਨੂੰ ਇਹ ਮੁੱਦਾ ਵਾਜਬ ਨਹੀਂ ਲੱਗਦਾ ਕਿਉਂਕਿ ਮਰਦੇ ਮੇਰੇ ਵਰਗਿਆਂ ਦੇ ਹੈ ਜਿਹੜੇ ਪਹਿਲਾਂ ਪਹਿਲੀ ਪੁਸ਼ਤ ਗਰੀਬੀ ਨਾਲ ਝਗੜੀ ਦੂਜੀ ਗਰੀਬੀ ਨਾਲ ਝਗੜੀ ਜੇ ਕਿਤੇ ਜਾ ਕੇ ਇੱਕ ਜਵਾਕ ਕਿਸੇ ਸਿਰੇ ਲੱਗ ਗਿਆ ਤਾਂ 50 ਬੰਦੂਕਾਂ ਵਾਲੇ ਘਰ ਦੇ ਆਸੇ ਪਾਸੇ ਤੈਨਾਤ ਕਰਤੇ ਵੀ ਜਦੋਂ ਨਿਕਲਿਆ ਉਹਦੀ ਮਾਰਤੀ ਆਹ ਜ਼ਿੰਦਗੀ ਹੈ ਸਾਡੀ ਤੁਸੀਂ ਪੈਸੇ ਕਮਾ ਸਕਦੇ ਹੋ ਐਸ਼ ਨਹੀਂ ਕਰ ਸਕਦੇ ਲੜਕਾਰਾ ਨਹੀਂ ਮਾਰ ਸਕਦੇ ਇੰਜੋਏ ਨਹੀਂ ਕਰ ਸਕਦੇ ਵੀ ਮੈਂ ਕਾਮਯਾਬ ਹੋਇਆ ਮੈਂ ਸਟਰਗਲ ਕਰਕੇ ਇੱਥੋਂ ਤੱਕ ਆਇਆ ਕੋਈ ਆਪਦਾ ਸ਼ੌਕ ਪੂਰਾ ਕਰ ਲਉਂਗੇ ਉਹ ਟਿੰਮੀ ਚਾਵਲਾ ਕੱਪੜੇ ਦਾ ਵਪਾਰੀ ਉਹਦਾ ਕੀ ਗਲਤੀ ਸੀ ਉਸ ਬੰਦੇ ਨੇ 4 ਪੈਸੇ ਕਮਾਏ VIP ਨੰਬਰ ਲੈ ਲਿਆ ਗੱਡੀ ਜਿਹਦਾ ਜਵਾਕਾਂ ਨੂੰ ਸ਼ੌਂਕ ਹੁੰਦਾ ਕੋਈ 1 ਨੰਬਰ ਲੈਂਦਾ ਕੋਈ 2 ਨੰਬਰ ਲੈਂਦਾ ਨਾ ਛੋਟਾ ਸਿਫਰਾਂ ਵਾਲੇ ਨੰਬਰ ਲੈਣ ਦਾ ਸ਼ੌਕ ਹੁੰਦਾ ਜਿਹਦੇ ਕੋਲ 4 ਪੈਸੇ ਹੁੰਦੇ ਆ ਭਾਈ ਲੈਂਦਾ ਤਾਂ ਉਹ ਜਿਹੇ ਬੰਦੇ ਨੇ ਵੀ ਨਿਗਾਹ ਚੜ੍ਹ ਜਾਂਦੀ ਉਹਨੂੰ ਨੰਬਰ ਲੈਣਾ ਹੀ ਜਾਣ ਤੋਂ ਹੱਥ ਤੋਂ ਆ ਗਿਆ ਹੁਣ ਮੇਰੇ ਪੁੱਤ ਨੂੰ ਕੱਲ੍ਹ ਜ਼ਿੰਮੇਵਾਰੀ ਦਵਾਈ ਹੈ ਫਿਰ ਇਹਨਾਂ ਨੇ ਲਾਰੈਂਸ ਤੋਂ ਜਿੱਪੀ ਦੇ ਕਹਿੰਦੇ ਗਲੀ ਗੋਲੀਆਂ ਗੋਲੀਆਂ ਚਲਾਈ ਦੇ ਘਰ ਆਪਾਂ ਉਹ ਤੋਂ ਗੱਲ ਤੋਂ ਉਹ ਇੰਡਸਟਰੀ ਦਾ ਮਸਲਾ ਹੈ ਨਾ ਜ਼ਿੰਮੇਵਾਰੀ ਨਹੀਂ ਜਿੱਥੇ ਮੈਂ ਪਹਿਲਾਂ ਵੀ ਪੱਤਰਕਾਰ ਭਰਾਵਾਂ ਨੂੰ ਕਿਹਾ ਸੀ ਆਪਾਂ ਇਹਦੇ ਉੱਤੇ ਕੋਈ ਟੀਕਾ ਟਿੱਪਣੀ ਨਹੀਂ ਕਰਨੀ ਕਿਉਂਕਿ ਇੰਡਸਟਰੀ ਬਹੁਤ ਸਿਆਣੀ ਹੈ ਸਾਰੇ ਸਮਝਦਾਰ ਨੇ ਤਾਂ ਫਿਰ ਸਿਆਣੇ ਲੋਕਾਂ ਨੂੰ ਬਹੁਤੀ ਮਦਦ ਦੀ ਲੋੜ ਨਹੀਂ ਹੁੰਦੀ ਤਾਂ ਆਪਾਂ ਆਪਦਾ ਆਪ ਹੀ ਸਾਂਭੀਏ ਉਹਨੀ ਬਹੁਤ ਹੈ ਇਹ ਹਾਲ ਸਮੁੱਚੀ ਇੰਡਸਟਰੀ ਦਾ ਫਿਰ ਤੁਸੀਂ ਹੋਰ ਦੇਖ ਲਓ ਹੁਣ ਤੋਂ ਹੈਰਾਨੀ ਵਾਲੀਆਂ ਗੱਲਾਂ ਇਹ ਕਰੋਗੇ ਗਿੱਪੀ ਤਾਂ ਇਹ ਫੈਰਿੰਗ ਹੁੰਦੀ ਹੈ ਕਨੇਡਾ ਗਿੱਪੀ ਤਾਂ ਇੰਡੀਆ ਜੇ ਤੁਹਾਡਾ ਕੋਈ ਉਹਦੇ ਨਾਲ ਲੱਗਾ ਡਾਕਟਰ ਸੀ ਵੀ ਤਾਂ ਇੰਡੀਆ 'ਚ ਫੈਰਿੰਗ ਹੋਣੀ ਚਾਹੀਦੀ ਸੀ ਕਿੱਥੇ ਉਹ ਸੀਗਾ ਲੋਕਾਂ ਨੂੰ ਕੇਵਲ ਅਤੇ ਕੇਵਲ ਤੁਸੀਂ ਸਮਝ ਸਕਦੇ ਹੋ ਅਸੀਂ ਕਿਹੜੀ ਜਿਹੜੀ ਹਾਲਾਤ ਅੱਜ ਇਹਨਾਂ ਸਿੰਗਰਾਂ ਦੀ ਹੈ ਇਹਨਾਂ ਇੰਡਸਟਰੀ ਲੋਕਾਂ ਦੀ ਹੈ ਸਾਡੀ 5 ਸਾਲ ਪਹਿਲਾਂ ਸੀ ਅਸੀਂ ਵਿਲਕਦੇ ਰਹੇ ਸਿਆਣੇ ਹੋ ਜਾਓ ਸਮਝ ਜਾਓ ਵਾਰੀ ਤੁਹਾਡੀ ਵੀ ਆਊਗੀ ਆਊਗੀ ਸਾਰਿਆਂ ਦੀ ਇਕੱਲੇ ਇਕੱਲੇ ਦੀ ਹੋਰ ਵੇਖ ਲਓ ਹਲੇ ਸਿਆਣੇ ਨੇ ਸਾਰੇ ਕੋਈ ਉੱਧਰ ਉੱਧਰ ਹੀ ਲਿੰਕ ਬਣਾਉਂਦਾ ਅੱਧੇ ਕਿਤਾਬ ਬਾਗੀਆਂ ਪਾਉਂਦੇ ਨੇ ਜਿਹੜੇ ਸਟਾਊਟ ਬਣੇ ਹੋਏ ਨੇ ਇਹਨਾਂ ਦੇ ਅੱਧੇ ਕਿਤਾਬ ਬਾਗੀਆਂ ਪਾਉਂਦੇ ਆ ਦੱਸਦੇ ਆ ਵੀ ਫਲਾਨੇ ਦਾ ਵੀ ਮਾੜਾ ਜਿਹਾ ਕਰ ਦਿਓ ਖੜਕਾ ਫਲਾਨੇ ਦਾ ਵੀ ਕਰ ਦਿਓ ਪਰ ਇਹ ਮਹਿੰਗੀਆਂ ਪੈਣਗੀਆਂ ਕਰ ਇਹ ਮੇਰਾ ਪੁੱਤ ਤਾਂ ਚੱਲ ਗਿਆ ਉਹ ਤਾਂ ਇੱਕ ਦੇ ਜੋੜ ਨਾਲ 5 ਸਾਲ ਚੱਲ ਗਿਆ ਤੁਹਾਡੀਆਂ ਲੱਤਾਂ ਦੇ ਭਾਰ ਨਹੀਂ ਚੱਲਣਾ ਤੁਸੀਂ 6ਵੀਂ 9ਵੀਂ ਚੱਲਣੇ ਲਿਖਾ ਕੇ ਲੈ ਲਓ ਇਸ ਗੱਲ ਇਹ ਦੇਸ਼ ਦੀਆਂ ਸਰਕਾਰਾਂ ਨੂੰ ਮੌਕੇ ਦੇ ਹਾਕਮਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਡਾ ਸ਼ਿਕਾਰ ਨਾ ਖੇਡੋ ਇਹ ਦੇਸ਼ ਦੇ ਨੌਜਵਾਨ ਨੇ ਇਹ ਦੇਸ਼ ਦਾ ਭਵਿੱਖ ਨੇ ਜੇ ਕੋਈ ਅੱਛੀ ਰੋਟੀ ਕਿਸੇ ਕਿੱਤੇ 'ਚ ਪੈ ਕੇ ਕਰਦਾ ਨੌਕਰੀਆਂ ਤੁਹਾਡੇ ਕੋਲ ਹੈ ਨਹੀਂ ਹਰਾ ਪੈਨ ਤੁਹਾਡਾ ਪਤਾ ਨਹੀਂ ਕਿੱਥੇ ਚੱਲ ਗਿਆ ਅਤੇ ਜੇ ਕੋਈ ਆਪਦਾ ਜੁਗਾੜ ਲਾ ਕੇ ਕੋਈ ਫਿਲਮਾਂ 'ਚ ਕੋਈ ਕਲਾਕਾਰਾਂ 'ਚ ਕੋਈ ਹੋਰ ਕਿੱਤਾ ਕਰਦਾ ਕੋਈ ਦੁਕਾਨਦਾਰੀ ਕਰਦਾ ਕਿਰਪਾ ਕਰਕੇ ਇਹਨੂੰ 2 ਰੁਪਏ ਕਮਾ ਲੈਣ ਦਿਓ ਨਹੀਂ ਤਾਂ ਜਿਹੜੇ ਖੜ੍ਹੇ ਆ 4 ਇਹ ਵੀ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੱਜਣਗੇ ਕੀ ਕਰਨਗੇ ਜਦੋਂ ਤੁਸੀਂ ਮਾਹੌਲ ਹੀ ਨਹੀਂ ਦਿਓਗੇ ਇਹ ਗੱਲ ਤੁਸੀਂ ਵੀ ਸਮਝ ਸਕਦੇ ਹੋ ਤੁਹਾਡੇ ਕੋਲ ਇੱਕ ਮੌਕਾ ਆਉਣ ਵਾਲਾ ਇਹਦਾ ਲੋਕਾਂ ਦੀ ਪਹਿਚਾਣ ਕਰ ਲਓ ਮੈਂ ਨਹੀਂ ਕਹਿੰਦਾ ਫਲਾਨੇ ਬੰਦੇ ਨੂੰ ਪਰ ਇਸ ਗੱਲ ਦੇ ਉੱਤੇ ਜ਼ਰੂਰ ਪਹਿਰਾ ਦਿਓ ਵੀ ਕੌਣ ਲੋਕ ਨੇ ਜਿਹੜੇ ਗੈਂਗਸਟਰਾਂ ਦੇ ਪਿੱਛੇ ਖੜ੍ਹੇ ਨੇ ਇਹ ਕਿਉਂ ਨਹੀਂ ਬੋਲਦੇ ਉਹ ਵੀ ਲੋਕ ਨੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਬੰਦ ਦੇ ਗੁਨਾਹ ਦੀ ਸਜ਼ਾ ਵੀ ਕੱਟ ਲਈ ਉਹਨਾਂ ਨੂੰ ਗੱਲ ਨਹੀਂ ਕਰਨੀ ਕਿਸੇ ਅਤੇ ਇੱਥੇ ਮੇਰੇ ਵਰਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਕਰਾਉਣ ਦੇ ਲਈ ਤਰਲੇ ਲਈ ਜਾਂਦੇ 1.5 ਸਾਲ ਦੇ ਉਹ ਵੀ 302 ਦਾ ਕਾਨੂੰਨ ਹੈ ਜਿਹਨੇ ਸਜ਼ਾ ਪੂਰੀ ਕੱਟ ਲਈ ਬਣਦੇ ਅਪਰਾਧ ਦੀ ਬਣਦੀ ਸਜ਼ਾ ਕੱਟ ਲਈ ਉਹ ਵੀ 302 ਦਾ ਪਰਚਾ ਸੀ ਮੇਰੇ ਪੁੱਤ ਦਾ ਵੀ 302 ਦਾ ਪਰਚਾ ਸੀ ਮੇਰੇ ਨੂੰ AK-47 ਨੇ ਮਾਰਤਾ ਉੱਧਰਲੇ ਨੂੰ ਬੰਬ ਦੇ ਬਲਾਸਟ ਨੇ ਮਾਰਤਾ ਹਾਲ ਦੋਨਾਂ ਦਾ ਹੀ ਇੱਕ ਹੋਇਆ ਪਰੰਤੂ ਜਸਟਿਸ ਦੇ ਵਿੱਚ ਦੇਖੋ ਕਿੰਨਾ ਫਰਕ ਹੈ ਇੱਕ ਆਮ ਬੰਦੇ ਦਾ ਅਤੇ ਇੱਕ ਪੋਲੀਟੀਸ਼ੀਅਨ ਦੇ ਰਿਸ਼ਤੇਦਾਰ ਦਾ ਆਹ ਫਰਕ ਹੈ
मैं दर दर से फिरता भी फलाने बंदे ते मैनू शक है यार, तू पुछ गिछता कर लो। गल वाल कोई ध्यान नहीं, दूजे पासे कहने भी सजा भी होगी, कट भी ली, दुगनी भी होगी, भी यार हुण तां छड़ दिओ। कहने नहीं, हाले इहदे चों मैं नहीं निकली, कानून उही है, संविधान उही है। फिर सानू कहते कि सिद्धू के माँ प्यो तो भी निगाह रखो, दसो किहड़े बागी हैं भाई, असी आपकी जिंदगी का कीमती उम्र है जिहड़ी जिहड़ी 18 तो लेके 40-42 साल तक होंदी है, उह फौज के लेखे तो थोड़े मेहनती टैंपरेचर के लाई है। हुण सानू भी थोड़े तो सर्टिफिकेट लेना पऊगा हिंदुस्तानी होण का, भारतीय होण का। ना करो धक्का, रब की मार है, परमात्मा के अगे जाके जान तुसी भी दोगे। मान लिया मौजूदा अदालतां मैनू जस्टिस देणगियां, मैं उन्हां ते उम्मीद लाई बैठे, पर फिर भी जिहड़ी कमी तुसी रख रहे हो वह उपरली अदालत जज तहां भी बैठा है। आओगे देर सवेर हो सकती है, मैनू परमात्मा ते रब वर्गा भरोसा है, विश्वास है उहदे हुक्म ते। एक दिन चक्की पीसदी है पर समां लैंदी है, थोड़ा जिहा सबर रखना पैंदा है। तो सब मेरा सबर है, थोड़िया दुआव है, थोड़िया अरदासा है, आपां जरूर दोषियों एक ना एक दिन उन्हां दे कीते दी सज़ा दबा पावांगे, परमात्मा मेहर करूगा। हाँ जे मैं मौजूदा अज की गल कह, अज का कोई हाल नहीं, जिंदा रहे तो लड़ते जरूर रहेंगे, समझौता नहीं कराएंगे कदे किसी नाल, जिवें दे इन्हां माहौल सज रहे ने जिहड़े हिसाब नाल ये बंदे दबाव पाते हैं, प्रेशर पाते हैं। मैं बोली जाना पर इन्हें बोलने की हिम्मत भी नहीं, कह दें भी मैं फलाना बंदा दबद नहीं बोलने कभी। चलो जिमें थोड़ी खुशी है फिर लो नजारे, अज तो एक दी खबर आई है, हले होर कि कौन गई रब जानता। मैं तो अखीर के अपील करता वो भरावो, ये आजाद मुल्क साढ़े शहीदा ने सूरबीर ने बड़िया मशक्कतों के नाल आजाद कराया, वह सानू सह लै लैन। ये नवा वायरस कितों पैदा करता तुसी गैंगस्टर का, जिदे नाल कोई दुश्मनी नहीं, किसी नाल कोई लाग डांट नहीं, वो हरेक के घर बार के गोलियां बजनगियां, तो की करांगे यार, किहड़ा कारोबार करूंगा कोई। इंसानियत के नाते परमात्मा के किसी डर तो तुम डर जाओ, ना करो इस तरह के, लोगों के जवाक ना मारो। बड़ी मुश्किल नाल एक बच्चा मापिया के धूए कुबे हो जाते ने कमाइया करद, जे एक अद्धा कामयाब हों जा और बुढ़ापे होने वास्ते छड़ दें हो। और देश के दे हाकम इन्हों गलों चो सत्ता भालते हैं, यह जी सत्ता किसी को नहीं रही। औरंगजेब वर्बे चुले चले गए दुनिया तो, जिहड़े सवा सवा मन दे जनेऊ ला के रोटी खांदे सी, अज समाज दे उत्ते एक दीवा नहीं जगदा, 20 रुपया दा जे दसदा तेल पैंदा ओह मंग के लिआउंदे आ। और एडिया एडिया पुश्तां एडे एडे खानदान खत्म हो गए, क्योंकि गलत रस्ते ते चले हुए सी। तां उम्मीद करदा परमात्मा कृपा करे, इन्हां नूं समत बख्शे, जिहड़े कुर्सियां दे चक्कर दे विच गलत रस्ते ते पै रहे ने, गलत फिरतां पा रहे ने, परमात्मा की समर्थ बख्श इन्हों। इन्ना कहना हुआ कोई शब्द